ਬੀਤੇ ਸ਼ਨੀਵਾਰ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਹੋਏ ਫਾਇਰਿੰਗ ਮਾਮਲੇ 'ਚ ਹੁਣ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ, ਹਾਲਾਂਕਿ ਪਰਿਵਾਰਿਕ ਮੈਂਬਰਾਂ ਨੇ ਸਾਫ਼ ਤੌਰ 'ਤੇ ਕੁਲਦੀਪ ਸਿੰਘ 'ਤੇ ਵੀ ਇਲਜ਼ਾਮ ਲਾਏ ਨੇ। ਹਾਲਾਂਕਿ ਕੁਲਦੀਪ ਸਿੰਘ ਨੂੰ ਵੀ ਇੱਥੇ ਬੁਲਾਇਆ ਗਿਆ, ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ, ਲੇਕਿਨ ਉਸ ਦਿਨ ਜਦ ਇਹ ਪੂਰੀ ਵਾਰਦਾਤ ਹੋਈ ਤਾਂ ਕਿਸ ਤਰ੍ਹਾਂ ਦੇ ਸਰਕਮਸਟਾਂਸਿਸ ਸੀਗੇ ਉਹਦੀ ਸੀਸੀਟੀਵੀ ਫੁਟੇਜ ਵੀ ਕੱਢੀ ਜਾ ਰਹੀ ਹੈ, ਅਤੇ ਉਹਨਾਂ ਦਾ ਡਰਾਈਵਰ ਰਣਜੀਤ ਸਿੰਘ ਉਹ ਵੀ ਉੱਥੇ ਉਹਨਾਂ ਦੇ ਕੋਲ ਨਾਲ ਆਇਆ ਸੀਗਾ। ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ, ਕਿਉਂਕਿ ਅੱਜ ਇਹਨਾਂ ਨੂੰ ਵੀ ਪੁਲਿਸ ਨੇ ਬੁਲਾਇਆ ਸੀਗਾ, ਪੁੱਛਗਿੱਛ ਹੋਈ ਹੈ। ਰਣਜੀਤ, ਤੁਸੀਂ ਵੀ ਉਸ ਦਿਨ ਨਾਲ ਹੀ ਸੀਗੇ? ਹਾਂਜੀ ਸਰ। ਅੱਛਾ, ਕੌਣ ਕੌਣ ਨਾਲ ਸੀਗਾ? ਮੈਂ ਤੇ ਸਰ ਹੀ ਸੀਗੇ ਜੀ, ਤੇ ਮੈਂ ਤੇ ਸਰ ਮਲਵਿੰਦਰ ਸਿੰਘ। ਤੇ ਨੋਰਮਲੀ ਏਦਾਂ ਕੋਰਟ ਆਏ ਤੇ ਮੈਨੂੰ ਉਹਨਾਂ ਨੇ ਕੋਰਟ, ਮੈਂ ਉਹਨਾਂ ਨੂੰ ਉਤਾਰਿਆ ਤੇ ਬਸ ਮੈਂ ਘਰ ਆ ਗਿਆ ਜੀ। ਬਸ ਹਾਂਜੀ। ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਸੀ, ਕਿਸੇ ਦੀ ਹੋਰ ਵੀ ਕੋਈ ਗੱਲਬਾਤ ਕਰ ਰਹੇ ਸੀ? ਨਹੀਂ ਸਰ, ਕੋਈ ਗੱਲਬਾਤ। ਅੱਛਾ, ਹਾਂਜੀ। ਤੇ ਪੁਲਿਸ ਨੇ ਅੱਜ ਤੁਹਾਨੂੰ ਬੁਲਾਇਆ ਸੀਗਾ? ਹਾਂਜੀ। ਕਿਸ ਤਰ੍ਹਾਂ ਦੀ ਬਿਆਨਬਾਜੀ ਹੋਈ, ਕਿਸ ਤਰ੍ਹਾਂ ਦੇ ਕੁਐਸਚਨ ਆਨਸਰ ਕੀਤੇ ਗਏ ਤੁਹਾਡੇ ਨਾਲ? ਬਸ ਏਦਾਂ ਹੀ ਸਰ, ਕੁਐਸਚਨ ਆਨਸਰ ਵੀ, ਬਸ ਕਿੰਨਾ ਟਾਈਮ ਤੋਂ ਕੰਮ ਕਰ ਰਹੇ ਆ, ਕਿੰਨਾ ਟਾਈਮ ਤੋਂ ਕੁਝ ਏਦਾਂ ਉਦਾਂ, ਬਸ ਸਰ ਵੀ ਉਸ ਦਿਨ ਕਿੱਥੋਂ ਚੱਲੇ ਕੀ ਹਿਸਾਬ, ਬਸ ਇੰਨਾ ਹੀ ਪੁੱਛਿਆ ਜੀ। ਰਣਜੀਤ, ਜਦ ਤੁਸੀਂ ਘਰ ਤੋਂ ਇੱਥੇ ਆਪਣਾ ਜ਼ਿਲ੍ਹਾ ਅਦਾਲਤ ਪਹੁੰਚੇ ਆ, ਫਰੰਟ ਗੇਟ ਤੇ ਉਤਾਰਿਆ ਸੀ ਤੁਸੀਂ ਜਾਂ ਬੈਕ ਸਾਈਡ ਤੇ ਤੁਸੀਂ ਜਿਹੜੇ ਹੈਗੇ ਪਹੁੰਚੇ ਸੀ? ਫਰੰਟ ਗੇਟ ਤੇ ਉਤਾਰਿਆ ਜੀ ਸਰ। ਫਰੰਟ ਗੇਟ ਤੇ? ਹਾਂਜੀ। ਕੋਈ ਗੱਲਬਾਤ ਹੋ ਰਹੀ ਸੀ ਕਿਸੇ ਦੀ, ਸਿੱਧੂ ਸਾਹਿਬ ਨਾਲ ਕਿਸੇ ਤਰ੍ਹਾਂ ਦੀ, ਕਿਸੇ ਨਾਲ ਕੋਈ, ਕੁਲਦੀਪ ਨਾਲ ਜਾਂ ਕਿਸੇ ਤਰ੍ਹਾਂ ਦੀ ਕੋਈ? ਨਹੀਂ ਸਰ, ਕਿਸੇ ਨਾਲ ਕੋਈ ਗੱਲ, ਕੋਈ ਗੱਲਬਾਤ ਨਹੀਂ। ਕੋਈ ਮਿਲਿਆ ਵੀ ਸੀਗਾ ਉਹਨਾਂ ਨੂੰ ਗੇਟ ਤੇ ਜਾਂ? ਨਹੀਂ ਕੋਈ। ਕੋਈ ਗੱਡੀ 'ਚ ਨਾਲ ਆਇਆ ਹੋਵੇ? ਕੋਈ ਨਹੀਂ ਸਰ, ਮੈਂ ਤੇ ਸਾਰੀ ਸੀ। ਸਾਰੀ ਸੀਗੀ? ਕੋਈ ਪਿਸਟਲ ਦੀ ਗੱਲ ਹੋਈ ਹੋਵੇ ਕਿ ਤੁਹਾਡੇ ਸਾਹਮਣੇ ਜਾਂ ਕਿਸੇ ਤਰ੍ਹਾਂ ਦੀ, ਕੋਈ ਇਸ ਤਰ੍ਹਾਂ ਦੀ? ਨਹੀਂ ਜੀ, ਕੋਈ ਗੱਲ ਨਹੀਂ। ਕੋਈ ਕਿਸੇ ਨੇ ਦਿੱਤਾ ਹੋਵੇ ਕੋਈ ਸਮਾਨ ਵਗੈਰਾ? ਨਹੀਂ ਸਰ, ਕੋਈ ਕੁਛ ਨਹੀਂ। ਜੋਲੀ ਜੀ, ਕਿਉਂਕਿ ਅੱਜ ਕੁਲਦੀਪ ਵੀ ਆਇਆ ਹੋਇਆ ਤੇ ਰਣਜੀਤ ਨੂੰ ਵੀ ਬੁਲਾਇਆ ਸੀਗਾ, ਕਿਉਂਕਿ ਹੁਣ ਪਰਿਵਾਰ ਵੀ ਐਲੀਗੇਸ਼ਨ ਲਾ ਰਿਹਾ, ਤੁਸੀਂ ਲਗਾਤਾਰ ਇਹਨੂੰ ਕਵਰ ਕਰ ਰਹੇ ਹੋ, ਤੇ ਹੁਣ ਸਿਚੁਏਸ਼ਨ ਕੀ ਹੈ? ਕੁਲਦੀਪ ਸਿੰਘ ਤੇ ਐਲੀਗੇਸ਼ਨ ਲੱਗ ਰਿਹਾ ਕਿ ਉਹਨੇ ਹੀ ਪਿਸਟਲ ਦਿੱਤੀ ਹੈ ਜਾਂ ਉਸਨੇ ਸਾਰੀ ਪਲੈਨਿੰਗ 'ਚ ਹਿੱਸਾ ਜਿਹੜਾ ਹੈਗਾ ਉਹ ਬਣਿਆ? ਦੇਖੋ, ਇਹ ਤਾਂ ਹੁਣ ਐਲੀਗੇਸ਼ਨਸ ਹੈ, ਇਨ ਐਕਚੁਅਲ ਜਿਹੜੀ ਫੈਕਚੁਅਲ ਪੋਜੀਸ਼ਨ ਹੈ ਉਹ ਤਾਂ ਇਨਵੈਸਟੀਗੇਸ਼ਨ ਨੇ ਕਲੀਅਰ ਕਰਨੀ ਹੈ, ਤੇ ਮੋਰਓਵਰ ਐਸੇ ਕਿਉਂਕਿ ਇਹ ਸਵੇਰੇ ਮਲਵਿੰਦਰ ਸਿੰਘ ਨੂੰ ਲੈ ਕੇ ਆਇਆ, ਇਹਨੇ ਹੀ ਛੱਡਿਆ, ਠੀਕ ਹੈ, ਤੇ ਬਾਕੀ ਸਾਰੀ ਸਾਡਾ ਕੰਪਾਊਂਡ ਹੈ ਜਿਹੜਾ ਉਹ ਸੀਸੀਟੀਵੀ ਕਵਰੇਜ ਉਹਦੇ ਅੰਡਰ ਹੈਗਾ। ਮੋਰਓਵਰ ਅੱਜ ਕੱਲ੍ਹ ਸਾਡਾ ਇੰਨਾ ਇਲੈਕਟ੍ਰੋਨਿਕ ਮੀਡੀਆ ਵੀ ਲੋਕੇਸ਼ਨਸ ਕਿੱਥੇ ਹੈ, ਕੌਣ ਕਿੱਥੇ ਹੈ, ਇਹਦੇ ਨਾਲ ਤਾਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਣਾ। ਬਿਲਕੁਲ, ਕਿਉਂਕਿ ਐਲੀਗੇਸ਼ਨ ਲਗਾਉਣਾ ਤਾਂ ਹੁਣ ਕਿਸੇ ਤੇ ਵੀ ਐਲੀਗੇਸ਼ਨ ਲਾਈ ਜੋ ਉਹ ਬੇਬੁਨਿਆਦ ਹੈ। ਜਿਹੜੀ ਐਕਚੁਅਲ ਗੱਲ ਜਿਹੜੀ ਹੈ, ਐਕਚੁਅਲ ਗੱਲ ਦੇ ਵਿੱਚ ਇਹ ਨਾ ਵੀ ਕੁਲਦੀਪ ਸਿੰਘ ਨਾਲ ਉਹਨਾਂ ਦਾ ਕੋਈ ਆਪਣਾ ਪਰਸਨਲ ਝਗੜੇ ਚੱਲ ਰਹੇ ਹੈ, ਤੇ ਉਹਨਾਂ ਹਰਪ੍ਰੀਤ ਦੀ ਫੈਮਿਲੀ ਦੇ ਨਾਲ, ਹਰਪ੍ਰੀਤ ਦੀ ਫੈਮਿਲੀ ਦੇ ਨਾਲ। ਅੱਛਾ, ਉਹ ਫਿਰ ਉਹ ਜੋ ਵੀ ਕਿਤੇ ਵੀ ਕੋਈ ਕੇਸ ਹੁੰਦਾ ਤਾਂ ਜੋ ਮੈਨੂੰ ਲੱਗਦਾ ਉਹਦਾ ਚੱਕ ਕੇ ਨਾਲ ਉਹਨਾਂ ਦਾ ਨਾਂ ਅਟੈਚ ਕਰ ਦਿੰਦਾ। ਕਿੰਨੀ ਸੱਚਾਈ ਹੈ ਤੁਹਾਨੂੰ ਲੱਗਦਾ? ਕਿਉਂਕਿ ਉਸ ਦਿਨ ਜਿਹੜੀ ਵੀ ਚੀਜ਼ਾਂ ਹੋਈਆਂ, ਕਹਿ ਰਹੇ ਪਲਾਨ ਤਰੀਕੇ ਦੇ ਨਾਲ ਹੋਇਆ, ਪਿਸਟਲ ਲੈ ਕੇ ਆਏ, ਕੁਲਦੀਪ ਨੇ ਹੀ ਪਿਸਟਲ ਦਿੱਤੀ ਸੀ, ਇਹ ਜਿਹੜੇ ਐਲੀਗੇਸ਼ਨ ਲੱਗੇ ਇਹ ਬਿਲਕੁਲ ਬੇਬੁਨਿਆਦ ਤੇ ਗਲਤ ਹੈਗੇ ਆ। ਕਿਉਂਕਿ ਹੁਣ ਉੱਥੇ ਨਾ ਤਾਂ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਉੱਥੇ ਸੀਗਾ ਮੌਕੇ ਤੇ, ਨਾ ਕੁਲਦੀਪ ਨੂੰ ਕਿਸੇ ਨੇ ਉੱਥੇ ਦੇਖਿਆ, ਜਦਕਿ ਐਸ ਪਰ ਕੁਲਦੀਪ ਸਟੇਟਮੈਂਟ ਵੀ ਉਹ ਆਪਣੇ ਘਰੇ ਸੀਗਾ, ਉਹਨੂੰ 3 ਵਜੇ ਪਤਾ ਲੱਗਿਆ ਵੀ ਇਹ ਇੰਸੀਡੈਂਟ ਹੋ ਗਿਆ। ਯਾਨੀ ਕੁਲਦੀਪ ਉੱਥੇ ਸੀਗਾ ਹੀ? ਬਿਲਕੁਲ ਨਹੀਂ ਸੀਗਾ, ਕੋਈ ਨਹੀਂ ਸੀਗਾ ਉੱਥੇ। ਉਸ ਤੋਂ 1 ਦਿਨ ਪਹਿਲਾਂ, 2 ਦਿਨ ਪਹਿਲਾਂ ਸਿੱਧੂ ਨਾਲ ਕੋਈ ਗੱਲਬਾਤ ਹੋਈ ਹੋਵੇ ਤੁਹਾਨੂੰ? ਕੋਈ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਹ ਸਿਰਫ ਤੇ ਸਿਰਫ ਜਿਹੜੀਆਂ ਆਪਣੀਆਂ ਗਲਤੀਆਂ ਨੂੰ ਲੁਕਾਉਣ ਵਾਸਤੇ ਬਿਆਨਬਾਜ਼ੀ ਹੋ ਰਹੀ ਹੈ, ਗਲਤ ਸਟੇਟਮੈਂਟਾਂ ਹੋ ਰਹੀਆਂ, ਨਥਿੰਗ। ਰਣਜੀਤ, ਕਿੰਨੇ ਵਜੇ ਦਾ ਸਮਾਂ ਸੀਗਾ ਜਦ ਤੁਸੀਂ ਸਵੇਰੇ ਲੈ ਕੇ ਆਏ ਸੀ? ਤਕਰੀਬਨ 12 ਵਜੇ। 12 ਵਜੇ? ਹਾਂਜੀ। ਤੇ ਤੁਸੀਂ ਘਰ ਤੋਂ ਸਿੱਧਾ ਹੀ ਆਏ ਸੀਗੇ ਜਾਂ ਕਿਤੇ ਗਏ ਵੀ? ਨਹੀਂ, ਸਿੱਧਾ ਹੀ ਆਏ ਜੀ। ਸਿੱਧੇ ਆਏ ਸੀਗੇ? ਹਾਂਜੀ। ਤੇ ਤੁਹਾਡੇ ਸਾਹਮਣੇ ਕੋਈ ਗੱਲਬਾਤ ਕੀਤੀ ਸੀ ਤੁਸੀਂ? ਨਹੀਂ ਸਰ, ਕਿਸੇ ਨਾਲ ਕੋਈ ਗੱਲਬਾਤ ਨਾ, ਕੁਛ ਨਹੀਂ ਕੀਤੀ। ਠੀਕ ਹੈ।